सुन सुन होवे परम गत मेरी, सुन सुन होवे परम गत मेरी। गुरु रूप गुरु प्यारी सत्संगत जीओ, गुरु फतेह प्रवान करो। वाहिगुरु जी का खालसा, वाहिगुरु जी की फतेह। गुरु नानक साहिब जो मोदी खाना चला रहे हैं, नवाब दौलत खान दा, ते आप जी नूं मैं अर्ज करां कि ये नवाब दौलत खान गुरु नानक साहिब दी जदों ये गल सुनदा है, ये आप जी बहुत कुछ दान करदे ने, बहुत कुछ वंडदे ने, ते समां दे मुताबिक फिर लेखा हुंदा है। फिर गुरु नानक साहिब दे पैसे वध जांदे ने, पर ये भी मैं इत्थे गल रख दवां कि राय बुलार ते नवाब दौलत खान दा रिश्ता की है। तो इतिहासकार कहंदे ने कि राय बुलार नवाब दौलत खान दा शौहरा है, दौलत खान उहदा जवाई है। ते जदों हर दफा आप जी दे हिसाब विच वादा हुंदा है, ते कुछ लोग किरणा भी करदे ने, निंदा भी करदे ने, तो गुरु नानक साहिब दी रसना चों जिहड़े बोल निकले कि मनुख दी फितरत इस तरह दी है, एक स्वान दोए स्वानी नाल, ध्यान दे नाल सुनना कि मनुख दे करीब जे कोई कुत्ता आ जाए ते मनुख कहंदा इसनों अपने तो दूर रखना है, क्योंकि कितने ही रोग इहदे कोल हन, इहदे पास हन कुत्ते दे। ते धार्मिक स्थानां ते जे किधरे कुत्ता वड़ जाए तां असीं बहुत वड्डा इतराज करदे, ते कई दफा असीं सेवादारां नूं कह दिंदे हां तुसीं ध्यान नहीं कीता, रखना चाहीदा है। धन गुरु नानक साहिब महाराज कहंदे ने कि हर एक मनुख दे जीवन विच एक कुत्ता ते दो कुत्तियां हर वेले मौजूद हन, हर वेले। हुण कुत्ता किस नूं आखिया है कि मनुख दे जीवन विच जिहड़ी लोभ दी प्रवृत्ति है, ये कुत्ता है, क्योंकि कुत्ते दी प्रवृत्ति इसे तरह दी, भजदा फिरदा है, भजदा ही फिरदा, कदे किसे दे घर, कदे किसे दे घर। और कुत्ते दे प्रति एक गल भी है कि रोटियां दा ढेर पिया सी ते अद्धा टुकड़ा कुत्ते दे मूँह विच आ गया, लैके भज गया, बाकी दे कुत्ते भी रोटी लैके भज गए। तो जिस दे मुख विच अद्धी रोटी दा टुकड़ा आया, वो की सोचदा है, काश मैं पूरी रोटी लैके आंदा। ते वो कुत्ता रोटी दे टुकड़े नूं एक तरफ रख के फिर भजदा है कि मैं लेके आवां रोटी दा टुकड़ा। जदों उत्थे पहुँचदा है तां की देखदा है,
ਬਾਕੀ ਦੇ ਕੁੱਤੇ ਰੋਟੀਆਂ ਲੈ ਗਏ। ਅਤੇ ਜਦੋਂ ਇਹ ਕੁੱਤਾ ਮੁੜ ਕੇ ਆਉਂਦਾ ਹੈ ਆਪਣੀ ਥਾਂ 'ਤੇ, ਤਾਂ ਜਿੱਥੇ ਰੋਟੀ ਦਾ ਟੁਕੜਾ ਰੱਖ ਕੇ ਗਿਆ ਸੀ ਉਸਨੂੰ ਵੀ ਦੂਜਾ ਕੁੱਤਾ ਲੈ ਗਿਆ। ਲੋਭ ਦੀ ਪ੍ਰਵਿਰਤੀ ਹੈ। ਆਧੀ ਛੋੜ ਪੂਰੀ ਕੋਂਧਾਵੇ, ਪੂਰੀ ਮਿਲੇ ਨਾ ਆਧੀ ਪਾਵੇ। ਨਾ ਪੂਰੀ ਮਿਲੀ ਨਾ ਅੱਧੀ ਮਿਲੀ। ਤੋ ਧਾਰਮਿਕ ਗ੍ਰੰਥ ਕਹਿੰਦੇ ਨੇ, ਹੇ ਪੁਰਖ ਤੂੰ ਲੋਭ ਨੂੰ ਛੱਡ, ਜਿਤਨਾ ਕਬੂਲ ਹੋਇਆ ਜਿਤਨਾ ਪ੍ਰਾਪਤ ਹੋਇਆ ਉਹਦਾ ਸ਼ੁਕਰਾਨਾ ਕਰ, ਉਹਦਾ ਧੰਨਵਾਦ ਕਰ। ਏਕ ਸਵਾਨ ਦੋਏ ਸਵਾਨੀ ਨਾਲ। ਸਵਾਨੀ ਕਹਿੰਦੇ ਨੇ ਕੁੱਤੀਆਂ, ਦੋ ਕੁੱਤੀਆਂ ਨਾਲ ਨੇ। ਇੱਕ ਦਾ ਨਾਮ ਤ੍ਰਿਸ਼ਨਾ, ਦੂਜੀ ਦਾ ਨਾਮ ਆਸਾ। ਕਿ ਮਨੁੱਖ ਦੀ ਜਿਹੜੀ ਆਸਾ ਹੈ ਉਸਨੂੰ ਜੀਵਿਤ ਰੱਖਦੀ ਹੈ ਫਿਊਚਰ ਵਿੱਚ, ਮੈਂ ਇਹ ਕਰਾਂਗਾ ਆਉਣ ਵਾਲੇ ਸਮਾਂ ਵਿੱਚ, ਮੈਂ ਇਹ ਖੇਡ ਖੇਡਣੀ ਹੈ। ਫਿਊਚਰ ਵਿੱਚ ਜਿਉਂਦਾ ਹੈ ਮਨੁੱਖ ਕਿਉਂਕਿ ਆਸ ਹੈ। ਔਰ ਜਿਹੜੀ ਤ੍ਰਿਸ਼ਨਾ ਹੈ ਉਹ ਮਨੁੱਖ ਨੂੰ ਹੋਰ ਭਜਾਉਂਦੀ ਹੈ, ਹੋਰ ਭਜਾਉਂਦੀ। ਤ੍ਰਿਸ਼ਨਾ ਕਹਿੰਦੇ ਨੇ ਪਿਆਸ। ਕਿ ਜਿਤਨਾ ਕੁਛ ਹੈ ਬਹੁਤ ਥੋੜ੍ਹਾ ਹੈ, ਹੋਰ ਚਾਹੀਦਾ ਹੈ, ਹੋਰ ਚਾਹੀਦਾ। ਕਈ ਦਫ਼ਾ ਮੈਂ ਅਰਜ ਕਰਨਾ, ਜੇ ਜੀਵਨ ਵਿੱਚ ਸਕੂਨ ਚਾਹੀਦਾ ਹੈ, ਜੀਵਨ ਵਿੱਚ ਖੁਸ਼ੀ ਚਾਹੀਦੀ ਹੈ, ਤਾਂ ਇੱਕ ਕੰਮ ਕਰਨਾ, ਜਿਤਨਾ ਕੁਛ ਸਾਡੇ ਕੋਲ ਹੈ ਬਸ ਉਹਨਾਂ ਨੂੰ ਚੇਤੇ ਰੱਖਣਾ ਕਿ ਪ੍ਰਭੂ ਨੇ ਇਤਨਾ ਕੁਛ ਦਿੱਤਾ ਹੈ ਜਿਹਦੇ ਕਾਬਿਲ ਵੀ ਨਹੀਂ ਹਾਂ ਅਸੀਂ, ਇਹਦਾ ਸ਼ੁਕਰਾਨਾ, ਇਹਦਾ ਧੰਨਵਾਦ। ਤੋ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ, ਭਲ ਕਹਿ ਬਾਂ ਕਹਿ ਸਦਾ ਬਿਆਲ। ਹਰ ਰੋਜ਼ ਉੱਠਦੇ ਸਾਰ ਹੀ ਪਹਿਲਾਂ ਕੁੱਤਾ ਅਤੇ ਦੋ ਕੁੱਤੀਆਂ ਭੌਂਕਦੇ ਨੇ ਉੱਠਦੇ ਸਾਰ ਹੀ। ਗੁਸਤਾਖੀ ਮਾਫ, ਜਦੋਂ ਅਸੀਂ ਉੱਠਦੇ ਹਾਂ ਅਤੇ ਖਿਆਲ ਆਉਂਦਾ ਹੈ ਅੱਜ ਕਿੱਥੇ ਜਾਣਾ ਹੈ, ਅੱਜ ਕਿਹੜਾ ਕੰਮ ਕਰਨਾ ਹੈ, ਅੱਜ ਕਿਸ ਤੋਂ ਕੀ ਲੈਣਾ ਹੈ, ਅੱਜ ਕਿਸ ਨੂੰ ਕੀ ਦੇਣਾ ਹੈ, ਇਹੀ ਗੱਲ ਆਰੰਭ ਹੋ ਜਾਂਦੀ ਹੈ। ਜਦੋਂ ਕਿ ਚਾਹੀਦਾ ਤਾਂ ਇਹ ਸੀ ਕਿ ਉੱਠਦੇ ਸਾਰ ਹੀ ਪ੍ਰਭੂ ਦਾ ਸ਼ੁਕਰਾਨਾ, ਧੰਨਵਾਦ ਕਿ ਹੇ ਪ੍ਰਭੂ ਅੱਜ ਇੱਕ ਨਵਾਂ ਸੂਰਜ ਹੋਰ ਦਿਖਾਇਆ, ਤੇਰਾ ਬਹੁਤ ਧੰਨਵਾਦ ਹੈ। ਅੱਜ ਜੀਵਨ ਦੇ ਵਿੱਚ ਇੱਕ ਦਿਨ ਮੈਨੂੰ ਹੋਰ ਦਿੱਤਾ ਹੈ, ਤੇਰਾ ਬਹੁਤ ਧੰਨਵਾਦ ਹੈ। ਕਿਉਂਕਿ ਰਾਤ ਨੂੰ ਸੁੱਤੇ ਸੀ, ਔਰ ਇਹ ਵੀ ਹੋ ਸਕਦਾ ਸੀ ਕਿ ਸੁੱਤੀਆਂ ਯਾਤਰਾ ਖਤਮ ਹੋ ਜਾਂਦੀ। ਅੱਜ ਨਵਾਂ ਦਿਨ ਬਖਸ਼ਿਆ, ਤੇਰਾ ਸ਼ੁਕਰ ਹੈ। ਅੱਜ ਫਿਰ ਕੁਟੁੰਬ ਨਾਲ ਮੁਲਾਕਾਤ ਹੋਵੇਗੀ, ਮਿੱਤਰਾਂ ਨਾਲ ਮੁਲਾਕਾਤ ਹੋਵੇਗੀ, ਤੇਰਾ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ। ਸ਼ੁਕਰਾਨੇ ਤੋਂ ਦਿਨ ਆਰੰਭ ਕਰ, ਅਰਦਾਸ ਤੋਂ ਦਿਨ ਆਰੰਭ ਕਰ, ਔਰ ਜਦੋਂ ਦਿਨ ਦੀ ਸਮਾਪਤੀ ਹੋਵੇ ਫਿਰ ਸ਼ੁਕਰਾਨਾ ਕਰ, ਤੇਰਾ ਕੋਟਾਨ ਕੋਟ ਧੰਨਵਾਦ। ਪਰ ਸਾਹਿਬ ਕਹਿੰਦੇ ਨੇ ਲੋਭ, ਤ੍ਰਿਸ਼ਨਾ ਅਤੇ ਆਸ਼ਾ, ਇਹ ਤਿੰਨੋਂ ਹੀ ਮਨੁੱਖ ਨੂੰ ਤੰਗ ਕਰਦੇ ਨੇ। ਜੇ ਗੁਰਪੁਰਬ ਬਣਾਉਣਾ ਹੈ ਤਾਂ ਫਿਰ ਗੁਰੂ ਨਾਨਕ ਸਾਹਿਬ ਦੀ ਗੱਲ ਮੰਨ ਲਓ। ਅਤੇ ਅੱਜ ਦੇ ਸ਼ਬਦ ਵਿੱਚ ਆਪ ਜੀ ਕੀ ਕਹਿਣਾ ਚਾਹੁੰਦੇ ਨੇ? ਕੂੜ ਛੁਰਾ ਮੁੱਠਾ ਮੁਰਦਾਰ। ਇੱਕ ਮਨੁੱਖ ਕਹਿੰਦਾ ਹੈ ਕਿ ਮੈਂ ਜੀਵਨ ਦੇ ਵਿੱਚ ਕਦੇ ਮੈਂ ਜੀਵ ਹੱਤਿਆ ਨਹੀਂ ਕੀਤੀ ਹੈ, ਮਨੁੱਖ ਕਹਿ ਦਿੰਦਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੁਬਾਰਕ ਹੈ, ਜੀਵ ਹੱਤਿਆ ਨਹੀਂ ਕੀਤੀ, ਪਰ ਮੈਂ ਤਾਂ ਦੇਖਣਾ ਤੇਰੇ ਹੱਥ ਵਿੱਚ ਤਾਂ ਛੁਰਾ ਹੈ। ਹਰ ਇੱਕ ਦੇ ਕੋਲ ਹੱਥ ਵਿੱਚ ਛੁਰਾ ਹੈ। ਕਿਹੜਾ ਛੁਰਾ? ਸਾਹਿਬ ਕਹਿੰਦੇ ਨੇ ਜਿਹੜਾ ਤੂੰ ਝੂਠ ਬੋਲਦਾ ਹੈ ਇਹ ਤੇਰੇ ਹੱਥ ਵਿੱਚ ਛੁਰਾ ਹੈ। ਕੂੜ ਛੁਰਾ, ਝੂਠ ਬੋਲਣਾ
ਇਹ ਤੇਰੇ ਹੱਥ ਵਿੱਚ ਛੁਰਾ ਹੈ। ਹੁਣ ਜੇ ਕਿਧਰੇ ਦਿਨ ਨੂੰ ਦੇਖੀਏ ਤਾਂ ਕਿਤਨੀ ਦਫ਼ਾ ਅਸੀਂ ਝੂਠ ਬੋਲਦੇ ਹਾਂ, ਗੁਸਤਾਖੀ ਮਾਫ ਕਿਤੇ ਨਾ ਕਿਤੇ ਬੋਲ ਪੈਂਦੇ। ਵਿਦਵਾਨ ਪੁਰਸ਼ਾਂ ਦਾ, ਧਾਰਮਿਕ ਪੁਰਸ਼ਾਂ ਦਾ ਕਹਿਣਾ ਹੈ ਕਿ ਝੂਠ ਬੋਲਣ ਦੇ ਨਾਲ ਕਿਸੇ ਦੀ ਜਾਨ ਬਖਸ਼ੀ ਜਾਵੇ ਉੱਥੇ ਬੋਲਣਾ, ਝੂਠ ਬੋਲਣਾ ਕੋਈ ਗੁਨਾਹ ਨਹੀਂ ਕਿ ਜਾਨ ਬਖਸ਼ੀ ਜਾਵੇ। ਪਰ ਕਿਤੇ ਰਿਜਕ ਵਾਸਤੇ ਝੂਠ ਨਾ ਬੋਲਣਾ, ਰੋਜ਼ੀ ਵਾਸਤੇ ਝੂਠ ਨਾ ਬੋਲਣਾ। ਉਹ ਰਿਜਕ ਤੈਨੂੰ ਦੇਗਾ, ਦੇ ਰਿਹਾ ਹੈ, ਉਹਦੇ ਵਾਸਤੇ ਝੂਠ ਨਾ ਬੋਲ ਤੂੰ। ਕੂੜ ਛੁਰਾ ਮੁੱਠਾ ਮੁਰਦਾਰ, ਕਿਸੇ ਨੂੰ ਠੱਗ ਕੇ ਲਿਆਉਣਾ, ਕਹਿੰਦੇ ਨੇ ਇਹ ਮੁਰਦਾ ਖਾ ਲਿਆ। ਜਿੱਥੇ ਤੇਰਾ ਹੱਕ ਨਹੀਂ ਹੈ ਔਰ ਜੇ ਕਿਧਰੇ ਉਹ ਖਾ ਲਿਆ ਤਾਂ ਜਗਤ ਗੁਰੂ ਬਾਬਾ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਹੱਕ ਪਰਾਇਆ ਨਾਨਕਾ ਉਸ ਸੂਵਰ ਉਸ ਗਾਏ। ਜੇ ਹਿੰਦੂ ਨੇ ਕਿਸੇ ਦਾ ਹੱਕ ਮਾਰ ਲਿਆ ਭਾਵੇਂ ਉਹ ਬੁਲੰਦ ਆਵਾਜ਼ ਵਿੱਚ ਕਹਿੰਦਾ ਰਹੇ ਗਊ ਮੇਰੀ ਮਾਂ ਹੈ, ਬੁਲੰਦ ਆਵਾਜ਼ ਵਿੱਚ ਕਹਿੰਦਾ ਰਹੇ ਅਸੀਂ ਗਊ ਹੱਤਿਆ ਨੂੰ ਰੋਕਣਾ ਹੈ, ਗਊ ਦੀ ਰਕਸ਼ਾ ਕਰਨੀ ਹੈ, ਪਰ ਗਊ ਦੀ ਰਕਸ਼ਾ ਕਰਨੀ ਤਾਂ ਦੂਰ ਦੀ ਗੱਲ ਹੈ, ਤੂੰ ਖੁਦ ਹੀ ਮਾਰ ਕੇ ਖਾ ਗਈ ਗਊ ਨੂੰ ਖੁਦ ਹੀ। ਔਰ ਇੱਕ ਮੁਸਲਮਾਨ ਕਹਿੰਦਾ ਹੈ ਕਿ ਮੈਂ ਸੂਅਰ ਦਾ ਮਾਸ ਨਹੀਂ ਖਾਣਾ ਕਿਉਂਕਿ ਸੂਅਰ ਸਾਰੇ ਦਿਨ ਗੰਦਗੀ ਖਾਂਦਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜੇ ਕਿਧਰੇ ਤੂੰ ਦੂਜੇ ਦਾ ਹੱਕ ਮਾਰ ਲਿਆ ਤਾਂ ਤੂੰ ਸੂਅਰ ਦਾ ਮਾਸ ਖਾ ਲਿਆ, ਗੰਦਗੀ ਖਾ ਲਈ ਹੈ। ਜ਼ਰੂਰੀ ਨਹੀਂ ਹੈ ਕਿ ਉਹ ਸੂਅਰ ਦਾ ਮਾਸ ਖਾਣਾ ਖਾ ਲਿਆ, ਕਹਿੰਦੇ ਨੇ ਦਰਗਾਹ ਵਿੱਚੋਂ ਗੱਲ ਇਹ ਕਬੂਲ ਹੋ ਗਈ, ਲਿਖੇ ਚੜ੍ਹ ਗਈ। ਹਿੰਦੂ ਨੇ ਗਊ ਦਾ ਮਾਸ ਖਾ ਲਿਆ, ਮੁਸਲਮਾਨ ਨੇ ਸੂਅਰ ਦਾ ਮਾਸ ਖਾ ਲਿਆ, ਜੇ ਕਿਸੇ ਦਾ ਹੱਕ ਮਾਰ ਲਿਆ ਤਾਂ। ਹੁਣ ਜੇਕਰ ਮੈਂ ਅਰਜ਼ ਕਰਾਂ ਕਿਤਨੇ ਐਸੇ ਲੋਕ ਨੇ ਜੋ ਗਊ ਦਾ ਮਾਸ ਨਹੀਂ ਖਾਂਦੇ, ਖਾ ਰਹੇ ਨੇ, ਕਿਸੇ ਦਾ ਹੱਕ ਮਾਰਦੇ ਨੇ, ਗਊ ਦਾ ਮਾਸ ਖਾ ਰਹੇ ਨੇ। ਕਿਤਨੇ ਐਸੇ ਮੁਸਲਮਾਨ ਨੇ ਜੋ ਸੂਅਰ ਦਾ ਮਾਸ ਨਹੀਂ ਖਾ ਰਹੇ ਨੇ, ਖਾ ਰਹੇ ਨੇ, ਕਿਸੇ ਦਾ ਹੱਕ ਮਾਰ ਲਿਆ। ਤੋ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਧਾਰਨਕ ਰੂਪ ਰਹਾ ਕਰਤਾਰ, ਹੇ ਕਰਤਾਰ, ਹੇ ਪ੍ਰਭੂ, ਇਹ ਮੇਰਾ ਰੂਪ ਹੈ, ਇਹ ਮੇਰਾ ਵੇਸ਼ ਹੈ, ਸਿਆਸਿਆਂ ਦਾ ਰੂਪ। ਇੱਥੇ ਮੈਂ ਥੋੜ੍ਹਾ ਜਿਹਾ ਇੱਕ ਹੋਰ ਜ਼ਿਕਰ ਕਰਾਂਗਾ, ਗੱਲ ਆਪ ਜੀ ਨੂੰ ਸਮਝ ਆ ਜਾਵੇ। ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਨੂੰ ਪੁੱਛ ਲਿਆ ਸੀ ਪਾਂਡਵਾਂ ਨੇ ਕਿ ਕਲਯੁੱਗ ਦੀ ਕੀ ਨਿਸ਼ਾਨੀ ਹੈ, ਆਪ ਜੀ ਨੇ ਕਹਿ ਦਿੱਤਾ ਸੀ ਕਿ ਉਹ ਸਾਹਮਣੇ ਵੇਖੋ ਇੱਕ ਖੂਹ ਹੈ, ਉਹਦੇ ਆਲੇ ਦੁਆਲੇ ਛੋਟੇ ਛੋਟੇ ਖੂਹ ਹੋਰ ਬਣੇ ਹੋਏ ਨੇ। ਇੱਕ ਖੂਹ ਦਾ ਪਾਣੀ ਦੂਜੇ ਖੂਹ ਵਿੱਚ ਜਾ ਰਿਹਾ ਹੈ, ਦੂਜੇ ਦਾ ਪਾਣੀ ਤੀਜੇ ਚੌਥੇ ਵਿੱਚ ਜਾ ਰਿਹਾ, ਪਰ ਵਿਚਕਾਰਲਾ ਖੂਹ ਖਾਲੀ ਦਾ ਖਾਲੀ ਹੈ। ਕਿ ਇੱਕ ਯੁੱਗ ਐਸਾ ਆਵੇਗਾ ਕਿ ਜਿਹੜਾ ਮਨੁੱਖ ਦੂਜੇ ਦੀ ਸਹਾਇਤਾ ਕਰੇਗਾ, ਦੂਜੇ ਦੀ ਲੋੜ ਪੂਰੀ ਕਰੇਗਾ, ਪਰ ਆਪਣਾ ਸਕਾ ਭਰਾ ਭੁੱਖਾ ਬੈਠਾ ਹੋਵੇਗਾ, ਉਹਦੇ ਵੱਲ ਧਿਆਨ ਨਹੀਂ ਦੇਵੇਗਾ। ਜਿਵੇਂ ਇਹ ਖੂਹ ਖਾਲੀ ਹੈ, ਆਲੇ ਦੁਆਲੇ ਦੇ ਖੂਹ ਭਰੇ ਹੋ ਜਾ ਰਹੇ ਨੇ। ਫਿਰ ਕਹਿਣ ਲੱਗੇ ਕਿ ਸਾਹਮਣੇ ਗਊ ਨੂੰ ਦੇਖਣਾ ਵਛੇਰਾ ਦਿੱਤਾ ਹੈ, ਅਤੇ ਗਊ ਨੇ ਆਪਣੇ ਬੱਚੇ ਨੂੰ ਚੱਟਣਾ ਸ਼ੁਰੂ ਕੀਤਾ ਹੈ। ਬੱਚੇ ਨੂੰ ਚੱਟਦਿਆਂ ਚੱਟਦਿਆਂ ਕਹਿੰਦੇ ਨੇ ਉਸ ਬੱਚੇ ਦੀ ਸਕਿਨ, ਉਧਰੋਂ ਖੂਨ ਨਿਕਲ ਰਿਹਾ ਹੈ, ਲੇਕਿਨ ਗਊ ਫਿਰ ਵੀ ਉਸਨੂੰ ਚੱਟ ਰਹੀ ਹੈ। ਕੀ ਭਾਵ ਕਿ ਮਨੁੱਖ ਦਾ ਆਪਣੇ ਬੱਚਿਆਂ ਦੇ ਨਾਲ ਇਤਨਾ ਮੋਹ ਹੋਵੇਗਾ, ਇਤਨਾ ਮੋਹ ਹੋਵੇਗਾ ਕਿ ਬੱਚੇ ਪੰਗੂ ਹੋ ਜਾਣਗੇ, ਆਪਣੇ ਪੈਰਾਂ 'ਤੇ ਨਹੀਂ ਖੜ੍ਹੇ ਹੋਣਗੇ, ਇਤਨਾ ਮੋਹ ਦਿੱਤਾ ਬੱਚਿਆਂ ਨੂੰ। ਫਿਰ ਤੀਜੇ ਵੱਲ ਇਸ਼ਾਰਾ ਕੀਤਾ ਕਿ ਉਹ ਸਾਹਮਣੇ ਹਾਥੀ ਨੂੰ ਵੇਖਣਾ ਜਿਹਦੇ
ਦੋ ਸੂੰਡ ਹਨ ਕਿ ਆਉਣ ਵਾਲੇ ਸਮਾਂ ਦੇ ਵਿੱਚ ਰਾਜਨੀਤੀ ਐਸੀ ਹੋਵੇਗੀ, ਅਫਸਰ ਐਸੇ ਹੋਣਗੇ ਜੋ ਇਸ ਪਾਸੇ ਤੋਂ ਵੀ ਖਾਣਗੇ ਅਤੇ ਉਸ ਪਾਸੇ ਤੋਂ ਵੀ ਖਾਣਗੇ। ਅਤੇ ਸ਼੍ਰੀ ਕ੍ਰਿਸ਼ਨ ਮਹਾਰਾਜ ਕਹਿੰਦੇ ਨੇ, ਹੁਣ ਸਾਹਮਣੇ ਵੇਖੋ ਇੱਕ ਬਹੁਤ ਭਾਰਾ ਪੱਥਰ ਪਰਬਤ ਤੋਂ ਡਿੱਗਦਾ ਆ ਰਿਹਾ ਹੈ। ਹਾਂ ਮਹਾਰਾਜ, ਦੇਖ ਰਹੇ ਹਾਂ। ਜਿਤਨੇ ਵੀ ਦਰਖਤ ਨੇ ਤੋੜਦਾ ਹੋਇਆ ਆ ਰਿਹਾ ਪੱਥਰ, ਪਰ ਅਖੀਰ ਵਿੱਚ ਕੀ ਹੋਇਆ, ਛੋਟਾ ਜਿਹਾ ਟੁਕੜਾ ਪੱਥਰ ਦਾ ਉਸ ਪੱਥਰ ਦੇ ਥੱਲੇ ਆ ਜਾਂਦਾ। ਉਹ ਭਾਰੀ ਪੱਥਰ ਉੱਥੇ ਆ ਕੇ ਰੁਕ ਜਾਂਦਾ। ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਕਹਿਣ ਲੱਗੇ ਕਿ ਮਨੁੱਖ ਦੇ ਕੋਲ ਇਤਨੇ ਗੁਨਾਹ ਹੋਣਗੇ, ਇਤਨੇ ਪਾਪ ਹੋਣਗੇ, ਜਿਹੜੇ ਪਾਪ ਰੁਕਣਗੇ ਹੀ ਨਹੀਂ, ਪਾਪ ਠਹਿਰਨਗੇ ਹੀ ਨਹੀਂ। ਪਰ ਹਾਂ, ਜਿਸ ਨੂੰ ਲੋਕ ਕੁਛ ਵੀ ਨਹੀਂ ਸਮਝਦੇ ਬੰਦਗੀ ਨੂੰ, ਕਹਿੰਦੇ ਨੇ ਜਦੋਂ ਬੰਦਗੀ ਦਾ ਆਸਰਾ ਹੋਵੇਗਾ, ਬੰਦਗੀ ਦੀ ਟੇਕ ਹੋਵੇਗੀ, ਵੱਡੇ ਵੱਡੇ ਪਾਪ ਰੁਕ ਜਾਣਗੇ। ਜਿਵੇਂ ਇਹ ਪੱਥਰ ਰੁਕ ਗਿਆ, ਛੋਟੇ ਜਿਹੇ ਪੱਥਰ ਦਾ ਸਹਾਰਾ ਲੈ ਕੇ। ਇਸ ਕਰਕੇ ਆਪ ਜੀ ਨੂੰ ਰੋਜ਼ ਅਰਜ ਕਰਦੇ ਹਾਂ, ਸੰਗਤ ਕਰਨੀ ਲਾਜ਼ਮੀ ਹੈ, ਭੋਜਨ ਲਾਜ਼ਮੀ ਹੈ ਤਨ ਵਾਸਤੇ, ਭਜਨ ਲਾਜ਼ਮੀ ਹੈ ਆਤਮਾ ਵਾਸਤੇ। ਭੋਜਨ ਨਹੀਂ ਹੈ, ਸਰੀਰ ਕਮਜ਼ੋਰ ਹੋ ਗਿਆ, ਭਜਨ ਨਹੀਂ ਹੈ, ਆਤਮਾ ਕਮਜ਼ੋਰ ਹੋ ਗਈ। ਅਤੇ ਮਨੁੱਖ ਭੋਜਨ ਲਈ ਜਿਤਨੀ ਮਸ਼ੱਕਤ ਕਰਦਾ ਹੈ, ਜਿਤਨੀ ਮਿਹਨਤ ਕਰਦਾ ਹੈ, ਕਹਿੰਦੇ ਨੇ ਕਾਸ਼ ਜੇ ਭਜਨ ਵਾਸਤੇ ਇਤਨੀ ਮਿਹਨਤ ਕਰੇ ਤਾਂ ਮਨੁੱਖ ਫਰਿਸ਼ਤਾ ਹੋ ਗਿਆ। ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ, ਮੈਂ ਪਤ ਕੀ ਪੰਧ ਨਾ ਕਰਨੀ ਕੀ ਕਾਸ਼। ਪੰਧ ਕਹਿੰਦੇ ਹਨ ਸਿੱਖਿਆ, ਨਸੀਹਤ। ਪਤੀ ਪਰਮਾਤਮਾ, ਪਰਮਾਤਮਾ ਦੀ ਸਿੱਖਿਆ ਇੱਕ ਵੀ ਮੇਰੇ ਕੋਲ ਨਹੀਂ ਹੈ, ਇੱਕ ਵੀ। ਜਿਸ ਕਰਨੀ ਨਾਲ ਮੈਂ ਇਲਾਹੀ ਦਰਗਾਹ ਵਿੱਚ ਕਬੂਲ ਹੋ ਜਾਵਾਂ, ਇੱਕ ਵੀ ਨਹੀਂ ਹੈ। ਹਾਂ ਵਿਗੜੇ ਰੂਪ ਰਹਾ ਵਿਕਰਾਲ, ਮੇਰਾ ਰੂਪ ਇਤਨਾ ਵਿਕਰਾਲ, ਇਤਨਾ ਭਯਾਨਕ ਹੈ, ਮੇਰੇ ਕੋਲ ਕੋਈ ਸਿੱਖਿਆ ਨਹੀਂ ਹੈ, ਕੋਈ ਕਰਨੀ ਨਹੀਂ ਹੈ। ਪਰ ਹਾਂ ਇੱਕ ਗੱਲ ਹੈ, ਤੇਰਾ ਏਕ ਨਾਮ ਤਾਰੇ ਸੰਸਾਰ, ਤੇਰਾ ਜੋ ਨਾਮ ਹੈ ਉਹ ਸਾਰੇ ਜਗਤ ਨੂੰ ਤਾਰੇਗਾ। ਹੁਣ ਜਦੋਂ ਨਾਮ ਦੀ ਗੱਲ ਆਉਂਦੀ ਹੈ, ਕਈ ਮਨੁੱਖ ਪੁੱਛ ਲੈਂਦੇ ਨੇ, ਗਿਆਨੀ ਜੀ ਨਾਮ ਕਿਸ ਨੂੰ ਕਹਿੰਦੇ ਨੇ, ਨਾਮ ਕੀ ਹੈ, ਨਾਮ ਕਿੱਥੋਂ ਮਿਲਦਾ ਹੈ, ਫਿਰ ਅਨੇਕ ਸਵਾਲ ਉਤਪੰਨ ਹੋ ਜਾਂਦੇ ਨੇ। ਇੱਕ ਮਨੁੱਖ ਕਹਿੰਦਾ ਹੈ ਨਾਮ ਉੱਥੋਂ ਠੀਕ ਮਿਲਦਾ ਹੈ, ਦੂਜਾ ਕਹਿੰਦਾ ਨਹੀਂ ਇੱਥੋਂ ਠੀਕ ਮਿਲਦਾ ਹੈ, ਨਾਮ 'ਤੇ ਵੀ ਝਗੜਾ। ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਤਨੀ ਦਫ਼ਾ ਨਾਮ ਦੀ ਗੱਲ ਆਈ ਹੈ, ਉਹ ਇੱਕ ਓਅੰਕਾਰ ਵਾਸਤੇ, ਰੱਬ ਵਾਸਤੇ। ਜਿਤਨੀ ਦਫ਼ਾ ਸ਼ਬਦ ਦੀ ਚਰਚਾ ਹੋਈ ਹੈ, ਸ਼ਬਦ ਤੋਂ ਮੁਰਾਦ ਉਪਦੇਸ਼, ਗਿਆਨ, ਨੂਰ, ਪ੍ਰਕਾਸ਼, ਨਾਮ, ਜਿਤਨੀ ਦਫ਼ਾ ਵੀ ਸ਼ਬਦ ਆਇਆ ਹੈ, ਤੇਰਾ ਜਿਹੜਾ ਨਾਮ ਹੈ ਬਸ ਇਹੀ ਤਰਦਾ ਹੈ। ਮੈਂ ਇਹ ਹਾਂ ਆਸ ਇਹੋ ਆਧਾਰ, ਇੱਕ ਨਾਮ ਹੀ ਮੇਰਾ ਆਸਰਾ ਹੈ, ਨਾਮ ਹੀ ਮੇਰਾ ਸਹਾਰਾ ਹੈ। ਜਦੋਂ ਗੁਰੂ ਨਾਨਕ ਸਾਹਿਬ ਦਾ ਵਿਆਹ ਹੋਇਆ, ਅਤੇ ਬਰਾਤ ਬਟਾਲੇ ਦੀ ਧਰਤੀ 'ਤੇ ਪਹੁੰਚਦੀ, ਕਿਉਂਕਿ ਮੂਲਾ ਖੱਤਰੀ ਦਾ ਇਹ ਪਿੰਡ ਸੀ, ਅਤੇ ਪੱਖੋ ਕੇ ਰੰਧਾਵੇ ਇੱਥੇ ਆਪ ਜੀ ਖੇਤੀ ਕਰਦੇ ਸੀ। ਅਤੇ ਇਸ ਬਰਾਤ ਦੇ ਵਿੱਚ ਕਹਿੰਦੇ ਨੇ ਹਰ ਜਾਤੀ ਦੇ ਵਰਨ ਦੇ ਲੋਕ ਜਾ ਰਹੇ ਨੇ, ਕੋਈ ਅੱਲਾਹ ਦਾ ਜਾਪ ਕਰਦੇ ਜਾ ਰਿਹਾ ਹੈ, ਕੋਈ ਰਾਮ ਦੀ ਇਬਾਦਤ ਕਰਦਾ ਹੋਇਆ ਜਾ ਰਿਹਾ ਹੈ, ਕੋਈ ਉਸ ਦੀ ਧੁਨ ਅਲਾਪਦਾ ਜਾ ਰਿਹਾ ਹੈ, ਇਸ ਤਰ੍ਹਾਂ ਜਾ ਰਹੇ ਨੇ। ਇੱਕ ਅਲੌਕਿਕ ਬਰਾਤ ਜਾ ਰਹੀ ਹੈ,
ਅਲੌਕਿਕ। ਇੱਥੇ ਮੈਂ ਜ਼ਿਕਰ ਕਰਾਂਗਾ ਕਿ ਜਦੋਂ ਇਹ ਬਰਾਤ ਉੱਥੇ ਪਹੁੰਚਦੀ ਹੈ, ਸਾਰੇ ਬੈਠਦੇ ਨੇ ਇਕੱਠੇ, ਤਾਂ ਹਿੰਦੀ ਸਾਹਿਤ ਦਾ ਮਹਾਕਵੀ ਤੁਲਸੀਦਾਸ ਰਾਮਚਰਿਤ ਮਾਨਸ ਵਿੱਚ ਕੀ ਲਿਖਦਾ ਹੈ, ਜਦੋਂ ਸ਼੍ਰੀ ਰਾਮਚੰਦਰ ਦੀ ਬਰਾਤ ਗਈ ਉਹਦਾ ਜ਼ਿਕਰ ਕਰਦਾ ਹੈ ਕਿ ਜਿਤਨੇ ਵੀ ਬਾਦਸ਼ਾਹ, ਸ਼ੂਰਵੀਰ, ਪੰਡਿਤ, ਪੁਰੋਹਿਤ ਸ਼੍ਰੀ ਰਾਮਚੰਦਰ ਦੀ ਬਰਾਤ ਵਿੱਚ ਗਏ ਨੇ, ਸਭ ਕੋ ਨਿਜ ਨਿਜ ਥਾਂ ਬਿਠਾਏ। ਪੰਡਿਤ ਇੱਥੇ ਬੈਠਣਗੇ, ਬਾਦਸ਼ਾਹ ਉੱਥੇ ਬੈਠਣਗੇ, ਸ਼ੂਰਵੀਰ ਇੱਥੇ ਬੈਠਣਗੇ, ਪੁਰੋਹਿਤ ਇੱਥੇ ਬੈਠਣਗੇ। ਇਸ ਤਰ੍ਹਾਂ ਮੈਂ ਅਰਜ਼ ਕਰਾਂ ਤਾਂ ਖੱਤਰੀ ਇੱਥੇ ਬੈਠੇਗਾ, ਬ੍ਰਾਹਮਣ ਇੱਥੇ ਬੈਠੇਗਾ, ਸ਼ੂਦਰ ਇੱਥੇ ਬੈਠੇਗਾ। ਜਦੋਂ ਧੰਨ ਗੁਰੂ ਨਾਨਕ ਸਾਹਿਬ ਦੇ ਵਿਆਹ ਦਾ ਜ਼ਿਕਰ ਕਰਦੇ ਨੇ, ਕਹਿੰਦੇ ਨੇ ਖੱਤਰੀ, ਬ੍ਰਾਹਮਣ, ਸ਼ੂਦ, ਵੈਸ ਸਾਰੇ ਇਕੱਠੇ ਹੋ ਕੇ ਬੈਠੇ ਹੋਏ ਨੇ, ਸਾਰੇ ਇਕੱਠੇ। ਇਹ ਇੱਕ ਸਬੂਤ ਹੈ ਕਿ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕਹਿ ਸਭ ਬੰਦੇ। ਜਦੋਂ ਕਿਸੇ ਨੇ ਕਹਿ ਦਿੱਤਾ ਹੇ ਨਾਨਕ ਜੀ ਜਿੱਥੇ ਆਪ ਜੀ ਬੈਠੇ ਹੋ ਇਹ ਕੰਧ ਹੁਣੇ ਡਿੱਗੀ, ਕਿ ਹੁਣੇ ਆਪ ਜੀ ਦੀ ਰਸਨਾ 'ਚੋਂ ਬੋਲ ਨਿਕਲੇ ਕਿ ਇਹ ਕੰਧ ਤਾਂ ਜੁਗੋ ਜੁਗੋ ਟੱਲੇ, ਜੁਗੋ ਜੁਗੋ, ਕਿਉਂਕਿ ਮੈਨੂੰ ਯਕੀਨ ਹੈ ਆਪਣੇ ਮਾਲਕ 'ਤੇ, ਆਪਣੇ ਪ੍ਰਭੂ 'ਤੇ, ਮੈਂ ਇਹ ਆਸ ਇਹੋ ਆਧਾਰ ਤੂੰ ਰੱਖਿਆ ਕਰੇਂਗਾ। ਆਪ ਜੀ ਨੂੰ ਖਬਰ ਹੈ ਉਹ ਕੰਧ ਅੱਜ ਵੀ ਮੌਜੂਦ ਹੈ। ਹੁਣ ਸਵਾਲ ਇਹ ਆਉਂਦਾ ਹੈ ਗੁਰੂ ਨਾਨਕ ਸਾਹਿਬ ਦਾ ਵਿਆਹ ਕਿਸ ਤਰ੍ਹਾਂ ਹੋਇਆ ਸੀ, ਕਿਹੜੀ ਰੀਤੀ ਸੀ, ਕਿਹੜੀ ਮਰਿਆਦਾ ਸੀ ਉਹ, ਕਿਉਂਕਿ ਉਸ ਵੇਲੇ ਫੇਰੇ ਹੁੰਦੇ ਸੀ ਅਗਨ ਦੇ ਬੇਦੀ। ਸਿੱਖ ਪੰਥ ਦੇ ਵਿਦਵਾਨ ਪ੍ਰਿੰਸੀਪਲ ਸਤਬੀਰ ਸਿੰਘ ਜੀ ਆਪ ਜੀ ਲਿਖਦੇ ਨੇ ਕਿ ਧੰਨ ਗੁਰੂ ਨਾਨਕ ਸਾਹਿਬ ਨੇ ਜਦੋਂ ਫੇਰੇ ਲਏ ਤਾਂ ਆਪ ਜੀ ਨੇ ਆਪਣੇ ਹੱਥਾਂ ਦੇ ਨਾਲ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੋਨੀ ਸਾਹਿਬ ਹੰ ਗੁਰਪ੍ਰਸਾਦ ਇਹ ਮੰਗਲਾਚਰਨ ਲਿਖਿਆ ਹੈ ਅਤੇ ਚੌਂਕੀ 'ਤੇ ਰੱਖਿਆ ਹੈ, ਉਸ 'ਤੇ ਆਲੇ ਦੁਆਲੇ ਆਪ ਜੀ ਨੇ ਪਰਿਕਰਮਾ ਕੀਤੀ। ਇਹ ਸਬੂਤ ਹੈ, ਕਿਉਂਕਿ ਕਈ ਦਫ਼ਾ ਪੁੱਛ ਲੈਂਦੇ ਨੇ, ਕਿਉਂਕਿ ਲਾਵਾਂ ਦਾ ਜੋ ਪਾਠ ਹੈ ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਉਹ ਬਾਣੀ ਧੰਨ ਗੁਰੂ ਰਾਮਦਾਸ ਸਾਹਿਬ ਦੀ, ਪਰ ਗੁਰੂ ਨਾਨਕ ਸਾਹਿਬ ਦਾ ਆਨੰਦ ਕਾਰਜ ਕਿਸ ਤਰ੍ਹਾਂ ਹੋਇਆ, ਵਿਆਹ ਕਿਸ ਤਰ੍ਹਾਂ ਹੋਇਆ, ਤਾਂ ਇਤਿਹਾਸਕਾਰ ਲਿਖਦੇ ਨੇ ਮੂਲ ਮੰਤਰ ਨੂੰ ਚੌਕੀ 'ਤੇ ਰੱਖ ਕੇ ਫਿਰ ਪਰਿਕਰਮਾ ਲਈ ਹੈ। ਇਸ ਤਰ੍ਹਾਂ ਜਦੋਂ ਇਹ ਕਾਰਜ ਸੰਪੂਰਨ ਹੋਇਆ, ਬਰਾਤ ਜਦੋਂ ਵਾਪਸ ਆਈ ਤਾਂ ਰਾਏ ਬੁਲਾਰ ਨੇ, ਜੋ ਕਿ ਹੁਣ ਬਜ਼ੁਰਗ ਹੋ ਰਿਹਾ ਹੈ, ਆਪ ਜੀ ਨੇ ਅਰਜ਼ ਕੀਤੀ ਕਿ ਨਾਨਕ ਨੂੰ ਇੱਕ ਦਫ਼ਾ ਮੇਰੇ ਵੱਲੋਂ ਇਹ ਬੇਨਤੀ ਕਰਨਾ ਕਿ ਤਲਵੰਡੀ ਦੇ ਵਿੱਚ ਵੀ ਕਦਮ ਰੱਖਣ। ਗੁਰੂ ਨਾਨਕ ਸਾਹਿਬ ਚੱਲੇ ਗਏ ਅਤੇ ਜਦੋਂ ਉਧਰੋਂ ਆਪ ਜੀ ਆਉਣ ਲੱਗੇ ਨੇ ਤਾਂ ਰਾਏ ਬੁਲਾਰ ਨੇ ਪੁੱਛ ਲਿਆ, ਮਹਾਰਾਜ ਸਰੀਰ ਰੋਜ਼ ਕਮਜ਼ੋਰ ਹੁੰਦਾ ਜਾ ਰਿਹਾ ਹੈ, ਰੋਜ਼, ਔਰ ਇਹ ਜਿਤਨੇ ਵੀ ਸੁੱਖ ਮਿਲੇ ਹਨ, ਜਿਤਨੀ ਵੀ ਖੁਸ਼ੀਆਂ ਮਿਲੀਆਂ ਹਨ ਆਪ ਜੀ ਦੀ ਬਦੌਲਤ, ਆਪ ਜੀ ਮੇਰੇ 'ਤੇ ਰਹਿਮਤ ਕਰੋ, ਜੀਵਨ ਕਿਸ ਤਰ੍ਹਾਂ ਬਤੀਤ ਹੋਵੇ। ਗੁਰੂ ਨਾਨਕ ਸਾਹਿਬ ਕੀ ਕਹਿੰਦੇ ਨੇ, ਹੇ ਰਾਏ ਬੁਲਾਰ, ਜਿੱਥੋਂ ਤੱਕ ਸਾਡੀ ਸ਼ਮਤਾ ਹੈ, ਸ਼ਕਤੀ ਹੈ, ਕੰਮ ਕਰਦੇ ਹਾਂ, ਕੰਮ ਕਰਦੇ ਰਹਿਣਾ ਚਾਹੀਦਾ ਹੈ। ਫਿਰ ਜਦੋਂ ਮਨੁੱਖ ਬੇਬਸ ਹੋ ਜਾਵੇ ਕਿ ਇਹ ਕੰਮ ਹੁਣ ਮੇਰੇ ਵੱਸ ਦੀ ਗੱਲ ਨਹੀਂ ਹੈ, ਕਹਿੰਦੇ ਨੇ ਇੱਕ ਮਨ ਇੱਕ ਚਿੱਤ ਹੋ ਕੇ ਨਿਮਰਤਾ ਦੇ ਘਰ ਵਿੱਚ ਆ ਕੇ ਫਿਰ ਅੱਲਾ ਨੂੰ ਪੁਕਾਰਨਾ, ਫਿਰ ਖੁਦਾ ਨੂੰ ਪੁਕਾਰਨਾ।
ਨਿਮਰਤਾ ਦੇ ਘਰ ਵਿੱਚ ਆ ਕੇ ਕੋਈ ਕੰਮ ਕਰਨਾ ਹੋਵੇ ਨਿਮਰਤਾ ਦੇ ਘਰ ਵਿੱਚ ਆ ਕੇ ਅੱਲਾਹ ਨੂੰ ਅਰਜ਼ ਕਰਨੀ, ਖੁਦਾ ਨੂੰ ਅਰਜ਼ ਕਰਨੀ, ਉੱਥੇ ਫਿਰ ਰਾਏ ਬੁਲਾਰ ਨੇ ਇੱਕ ਬੇਨਤੀ ਕੀਤੀ ਨਾਨਕ ਜੀ ਨੂੰ ਵੀ ਮੇਰੀ ਇੱਕ ਤਮੰਨਾ ਹੈ ਉਹ ਆਪ ਜੀ ਨੇ ਪੂਰੀ ਕਰਨੀ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਹਾਂ ਜੀ ਦੱਸੋ। ਤਾਂ ਰਾਏ ਬੁਲਾਰ ਜੀ ਕਹਿੰਦੇ ਨੇ ਜਿੱਥੇ ਆਪ ਜੀ ਦਾ ਜਨਮ ਹੋਇਆ ਹੈ ਇੱਕ ਇਹ ਅਸਥਾਨ ਬਣਾਉਣਾ ਹੈ ਔਰ ਆਪ ਜੀ ਦੇ ਪਿਤਾ ਲਈ ਇੱਕ ਹਵੇਲੀ ਬਣਾ ਕੇ ਦੇਣੀ। ਆਪ ਜੀ ਨੇ ਹਵੇਲੀ ਬਣਾ ਕੇ ਦਿੱਤੀ ਔਰ ਜਿੱਥੇ ਆਪ ਜੀ ਦਾ ਪ੍ਰਕਾਸ਼ ਹੋਇਆ ਉਹ ਕਮਰਾ ਬਣਾਇਆ। ਔਰ ਆਪ ਜੀ ਦੀ ਜਾਣਕਾਰੀ ਵਾਸਤੇ ਮੈਂ ਅਰਜ਼ ਕਰਾਂ, ਰਾਏ ਬੁਲਾਰ ਹਰ ਸਾਲ ਜਦੋਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼, ਜਿਸ ਨੂੰ ਅਸੀਂ ਸਧਾਰਨ ਭਾਸ਼ਾ ਵਿੱਚ ਕਹਿ ਦਿੰਦੇ ਹਾਂ ਜਨਮ ਦਿਨ, ਉੱਥੇ ਮਨਾਉਂਦੇ ਸਨ ਔਰ ਲੋੜਵੰਦਾਂ ਨੂੰ ਲੰਗਰ ਛਕਾਉਂਦੇ ਸੀ। ਔਰ ਜਿਹੜੀ ਜ਼ਮੀਨ ਆਪ ਜੀ ਦੇ ਨਾਮ ਆਪ ਜੀ ਨੇ ਲਗਾਈ ਔਰ ਉਹ ਅਸਥਾਨ ਜਿੱਥੇ ਆਪ ਜੀ ਦਾ ਪ੍ਰਕਾਸ਼ ਹੋਇਆ ਉਸ ਦਾ ਨਾਮ ਆਪ ਜੀ ਨੇ ਬਦਲ ਕੇ ਨਨਕਾਣਾ ਸਾਹਿਬ ਰੱਖਿਆ। ਔਰ ਆਪਣੇ ਕੋਲ ਜਿਹੜੀ ਜ਼ਮੀਨ ਸੀ ਉਹਦੇ ਵਿੱਚੋਂ ਦਸਵਾਂ ਹਿੱਸਾ ਕੱਢ ਕੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਵਸ 'ਤੇ ਉਹ ਗਰੀਬਾਂ ਨੂੰ ਵੰਡਦਾ ਸੀ ਲੋੜਵੰਦਾਂ। ਆਪ ਜੀ ਹੈਰਾਨ ਹੋ ਗਏ, ਅੱਜ ਵੀ ਪਾਕਿਸਤਾਨ ਦੇ ਵਿੱਚ ਕਿਤਨੇ ਹੀ ਚੁਰਾਹੇ ਐਸੇ ਨੇ ਜਿੱਥੇ ਰਾਏ ਬੁਲਾਰ ਦੀ ਤਸਵੀਰ ਹੈ, ਫੋਟੋ ਹੈ, ਮੂਰਤੀ ਹੈ। ਔਰ ਅੱਜ ਵੀ ਉਹਨਾਂ ਦੇ ਪਰਿਵਾਰ ਦੇ ਵੰਸ਼ ਦੇ ਗੁਰੂ ਨਾਨਕ ਸਾਹਿਬ ਨੂੰ ਉਤਨਾ ਹੀ ਸਜਦਾ ਕਰਦੇ ਨੇ। ਔਰ ਵਾਕਈ ਜਦੋਂ ਉਹਨਾਂ ਨੂੰ ਵੇਖਦੇ ਹਾਂ ਅਤੇ ਗੁਸਤਾਖੀ ਮਾਫ, ਸਾਡੇ ਦਿਲ ਦਾ ਪ੍ਰੇਮ ਫਿੱਕਾ ਪੈ ਜਾਂਦਾ ਉਹਨਾਂ ਦੇ ਸਾਹਮਣੇ, ਜਿਸ ਤਰ੍ਹਾਂ ਉਹ ਪ੍ਰੇਮ ਕਰਦੇ ਨੇ ਗੁਰੂ ਨਾਨਕ ਸਾਹਿਬ। ਸਾਡਾ ਦਿਲ ਕਹਿੰਦਾ ਹੈ ਅਸੀਂ ਉਤਨਾ ਪ੍ਰੇਮ ਨਹੀਂ ਕਰਦੇ ਜਿਤਨਾ ਪ੍ਰੇਮ ਉਹ ਕਰਦੇ ਨੇ।